ਸ਼੍ਰੋਮਣੀ ਅਕਾਲੀ ਦਲ ਬਾਬੇ ਨਾਨਕ ਦੀ ਉਹ ਤਕੜੀ ਵਾਲੀ ਪੰਥ ਦੀ ਪਾਰਟੀ ਜਿਸ ਪੰਥ ਨੂੰ ਬੁਲੰਦ ਰੱਖਣ ਵਾਸਤੇ ਤੁਹਾਡੇ ਵੱਡੇ ਵਡੇਰਿਆਂ ਨੇ ਖੂਨ ਡੋਲਿਆ 103 ਸਾਲ ਪੁਰਾਣੀ ਪਾਰਟੀ ਇਸ ਪੰਥ ਨੂੰ ਮਜ਼ਬੂਤ ਕਰੋ ਸ਼੍ਰੋਮਣੀ ਅਕਾਲੀ ਦਲ ਦੀ ਪੰਚਾਇਤਾਂ ਬਣਾਓ। ਮਾਘੀ ਦੇ ਮੇਲੇ ਤੇ ਹਰਸਿਮਰਤ ਕੌਰ ਬਾਦਲ ਦਾ ਇਹ ਬਿਆਨ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਬਾਬੇ ਨਾਨਕ ਦੀ ਤੱਕੜੀ ਵਾਲੀ ਉਹ ਪਾਰਟੀ ਹੈ ਜਿਸ ਪੰਥ ਨੂੰ ਬੁਲੰਦ ਰੱਖਣ ਦੇ ਲਈ ਵੱਡੇ ਵਡੇਰਿਆਂ ਨੇ ਖੂਨ ਡੋਲਿਆ। ਤਾਂ ਇਸ ਬਿਆਨ ਨੂੰ ਲੈ ਕੇ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਤਿੱਖਾ ਨਿਸ਼ਾਨਾ ਸਾਧਿਆ ਗਿਆ ਔਰ ਉਹਨਾਂ ਨੇ ਇਸ ਬਿਆਨ ਨੂੰ ਆਧਾਰ ਬਣਾ ਕੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਜਵਾਬ ਮੰਗਿਆ ਹੈ। ਆਪਣੇ ਟਵੀਟ ਦੇ ਵਿੱਚ ਲਿਖਦੇ ਨੇ, ਮਾਘੀ ਮੇਲਾ ਤੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਅਕਾਲੀ ਦਲ ਬਾਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ ਬਾਰੇ ਅਕਾਲੀ ਦਲ ਦੇ ਵਲੰਟੀਅਰ ਸ਼੍ਰੀ ਹਰਜਿੰਦਰ ਸਿੰਘ ਧਾਮੀ ਕੁਝ ਬੋਲਣਗੇ ਜਾਂ ਫਿਰ ਹਾਂ ਹੀ ਸਮਝੀਏ। ਅੱਜ ਮੀਡੀਆ ਸਾਹਮਣੇ ਹਮੇਸ਼ਾ ਅਕਾਲੀ ਦਲ ਦਾ ਬਚਾਅ ਕਰੋ ਅਤੇ ਭਗਵੰਤ ਮਾਨ ਨੂੰ ਕਹੋ ਕਿ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਨਾ ਦੇਵੇ। ਸੋ ਤੱਕੜੀ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਤਿੱਖਾ ਨਿਸ਼ਾਨਾ ਸਾਧਿਆ ਗਿਆ, ਟਵੀਟ ਦੇ ਜ਼ਰੀਏ ਹਰਜਿੰਦਰ ਸਿੰਘ ਧਾਮੀ ਤੋਂ ਜਵਾਬ ਮੰਗਿਆ ਗਿਆ। ਦੱਸ ਦਈਏ ਕਿ ਧਾਮੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵਲੰਟੀਅਰ ਤੱਕ ਕਹਿ ਦਿੱਤਾ, ਹਰਸਿਮਰਤ ਬਾਦਲ ਦੇ ਬਿਆਨ ਜ਼ਰੀਏ ਤਿੱਖਾ ਨਿਸ਼ਾਨਾ ਜਿਹੜਾ ਸਾਧਿਆ ਗਿਆ। ਹੁਣ ਬਿਆਨ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਤਿੱਖਾ ਨਿਸ਼ਾਨਾ ਸਾਧਿਆ ਗਿਆ, ਹਰਜਿੰਦਰ ਸਿੰਘ ਧਾਮੀ ਤੋਂ ਜਵਾਬ ਮੰਗਿਆ ਗਿਆ। ਅਕਾਲੀ ਦਲ ਬਾਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਦੱਸੇ ਜਾਣ ਤੇ ਹਰਜਿੰਦਰ ਸਿੰਘ ਧਾਮੀ ਜਵਾਬ ਦੇਣ, SGPC ਪ੍ਰਧਾਨ ਹਮੇਸ਼ਾ ਵਾਂਗ ਅਕਾਲੀ ਦਲ ਦਾ ਬਚਾਅ ਕਰਨਗੇ, ਇਹ ਸਵਾਲ ਆ ਜਿਹੜਾ SGPC ਦੇ ਪ੍ਰਧਾਨ ਤੋਂ ਪੁੱਛਿਆ ਗਿਆ। ਦੱਸ ਦਈਏ ਕਿ News18 ਦੇ ਖਾਸ ਪ੍ਰੋਗਰਾਮ ਦੇ ਵਿੱਚ ਵੀ ਸੀਐਮ ਭਗਵੰਤ ਮਾਨ ਦੇ ਵੱਲੋਂ ਹਰਸਿਮਰਤ ਕੌਰ ਬਾਦਲ ਦੇ ਬਿਆਨ ਦੀ ਨਿਖੇਧੀ ਕੀਤੀ ਗਈ ਸੀ। ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਦੀ ਤੱਕੜੀ ਮੇਰਾ ਤੋਲਦੀ ਹੈ, ਜਦਕਿ ਬਾਬੇ ਨਾਨਕ ਦੀ ਤੱਕੜੀ ਤੇਰਾ ਤੋਲਦੀ ਸੀ। ਇੱਦਾਂ ਤਾਂ ਕੱਲ੍ਹ ਨੂੰ ਕਾਂਗਰਸ ਵਾਲੇ ਕਹਿਣ ਲੱਗ ਜਾਣਗੇ ਕਿ ਕਾਂਗਰਸ ਦਾ ਚੋਣ ਛਣ ਪੰਜਾ ਉਹ ਹੈ ਜਿਸ ਦੇ ਨਾਲ ਬਾਬੇ ਨਾਨਕ ਨੇ ਪੱਥਰ ਨੂੰ ਰੋਕਿਆ ਸੀ। ਤਾਂ ਧਾਰਮਿਕ ਮਸਲਿਆਂ ਦੇ ਵਿੱਚ ਇਹ ਜਿਹੜੀ ਦਖਲ ਅੰਦਾਜ਼ੀ ਨਹੀਂ ਹੈ, ਇਹ ਸਵਾਲ ਆ ਜਿਹੜਾ ਸੀਐਮ ਭਗਵੰਤ ਮਾਨ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਤੋਂ ਪੁੱਛਿਆ ਗਿਆ। ਸੋ ਤੱਕੜੀ ਵਾਲੇ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਆਹਮੋ ਸਾਹਮਣੇ ਹੋ ਚੁੱਕੇ ਨੇ। ਤੇ ਬਾਬੇ ਨਾਨਕ ਦੀ ਤੱਕੜੀ ਕਿਉਂ ਕਿਹਾ ਜੀ ਉਹਨੇ? ਉਹਨਾਂ ਨੇ ਬਿਆਨ ਦਿੱਤਾ, ਕਹਿੰਦੇ ਬਾਬੇ ਨਾਨਕ ਦੀ ਤੱਕੜੀ, ਬਾਬੇ ਨਾਨਕ ਦੀ ਤੱਕੜੀ। ਆ ਮੁਕਤਸਰ ਦੀ ਰੈਲੀ ਤੇ ਹਰਸਿਮਰਤ ਕੌਰ ਕਹਿ ਰਹੀ ਸੀ ਕਿ ਬਾਬੇ ਨਾਨਕ ਦੀ ਤੱਕੜੀ। ਇਹ ਬਾਬੇ ਨਾਨਕ ਦੀ ਤੱਕੜੀ ਹੈ? ਬਾਬੇ ਨਾਨਕ ਦੀ ਤੱਕੜੀ ਤੇਰਾ ਸਭ ਕੁਛ ਤੇਰਾ ਤੋਲਦੀ ਸੀ। ਅਕਾਲੀ ਦਲ ਵਾਲੀ ਤੱਕੜੀ ਮੇਰਾ ਸਭ ਕੁਛ ਮੇਰਾ। ਜਿਹੜੀ ਤੱਕੜੀ ਚਿੱਟਾ ਤੁਲਦਾ ਹੋਵੇ ਉਹ ਬਾਬੇ ਨਾਨਕ ਦੀ ਹੋ ਸਕਦੀ ਹੈ? ਇਹ ਫਿਰ ਧਾਰਮਿਕ ਭਾਵਨਾਵਾਂ ਨੂੰ ਨਹੀਂ ਭੜਕਾਉਂਦੇ? ਹੁਣ ਫਿਰ ਸ਼੍ਰੋਮਣੀ ਕਮੇਟੀ ਕੀ ਕਰਦੀ ਹੈ? ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਹੁਣ ਕਿਉਂ ਨਹੀਂ ਬੁਲਾਉਂਦੇ ਉਹਨਾਂ ਨੂੰ ਕਿ ਤੁਸੀਂ ਆਪਦੇ ਚੋਣ ਨਿਸ਼ਾਨ ਨੂੰ, ਪੋਲੀਟੀਕਲ ਚੋਣ ਨਿਸ਼ਾਨ ਨੂੰ ਬਾਬੇ ਨਾਨਕ ਸਾਹਿਬ ਨਾਲ ਕਿਉਂ ਜੋੜਿਆ, ਗੁਰੂ ਨਾਲ ਕਿਉਂ ਜੋੜਿਆ? ਕੱਲ੍ਹ ਨੂੰ ਕਾਂਗਰਸ ਵਾਲੇ ਕਹਿਣ ਲੱਗ ਜਾਣਗੇ ਸਾਡਾ ਵੀ ਉਹੀ ਪੰਜਾ ਜਿਹਦੇ ਨਾਲ ਪਹਾੜ ਰੋਕਿਆ ਸੀ ਬਾਬੇ ਨਾਨਕ ਨੇ। ਇਹ ਧਾਰਮਿਕ ਜਿਹੜੇ ਸਾਡੇ ਭਾਵਨਾਵਾਂ ਨੇ ਉਹਨੂੰ ਪੋਲੀਟੀਕਲ ਵਾਸਤੇ ਕਿਉਂ ਯੂਜ਼ ਕਰਦੇ ਆ? ਬਾਬੇ ਨਾਨਕ ਦੀ ਬਾਣੀ ਰੋਲੀ ਗਲੀਆਂ 'ਚ ਅਤੇ ਹੁਣ ਉਹ ਕਹਿੰਦੇ ਨੇ ਬਾਬੇ ਨਾਨਕ ਦੀ ਤੱਕੜੀ ਹੈ। ਇਸੇ ਕਰਕੇ ਲੋਕ ਗੁੱਸੇ ਨੇ, ਇਹਨਾਂ ਨੂੰ ਸਮਝ ਨਹੀਂ ਆ ਰਹੀ ਲੋਕਾਂ ਦੀਆਂ ਨਬਜ਼ਾਂ ਦੀ। ਲੋਕ ਇੱਕ ਤਾਂ ਹੁੰਦਾ ਵਿਰੋਧ ਕਰਨਾ, ਲੋਕ ਨਫ਼ਰਤ ਕਰਦੇ ਆ, ਨਫ਼ਰਤ। ਪਿੰਡਾਂ ਜਾ ਕੇ ਦੇਖਿਓ ਇਹਨਾਂ ਨੂੰ, ਇਸ ਵਾਰ ਵੀ ਦੇਖਿਓ ਕੀ ਹੁੰਦਾ ਇਹਨਾਂ ਨਾਲ।